ਸਸਕਾਲ ਦੋਸਤੋ ਮੈਂ ਆ ਰਾਜਪਾਲ ਮਖਣੀ ਅੱਜ ਇਹ ਮੰਗਲਵਾਰ ਤੇ ਕਾਫੀ ਲੰਬੇ ਸਮੇਂ ਤੋਂ ਆਪਾਂ ਹਰ ਮੰਗਲਵਾਰ ਸਵੇਰੇ 6 ਵਜੇ ਚਰਚਾ ਕਰਦੇ ਆਂ ਸੇਧ ਦੀ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਬਿਮਾਰੀਆਂ ਨੇ ਮੈਨੂੰ ਘੇਰ ਲਿਆ ਸੀ ਮੇਰਾ ਵਜ਼ਨ ਵੀ ਬਹੁਤ ਜ਼ਿਆਦਾ ਸੀ ਉਸ ਵੇਲੇ ਤੇ ਬਿਮਾਰੀਆਂ ਨੇ ਜਦੋਂ ਢਾ ਲਿਆ ਸਾਰੀਆਂ ਨੇ ਤਾਂ ਡਾਕਟਰਾਂ ਕੋਲ ਵੀ ਕੋਈ ਇਲਾਜ ਨਹੀਂ ਸੀ ਕਿਸੇ ਕੋਲ ਕੋਈ ਇਲਾਜ ਨਹੀਂ ਸੀ ਲੱਤਾਂ ਕੱਟਣ ਦੀ ਗੱਲ ਆ ਗਈ ਤੇ ਉਸ ਤੋਂ ਬਾਅਦ ਮੈਂ ਲੰਬੇ ਸੰਘਰਸ਼ ਤੋਂ ਬਾਅਦ ਸਰੀਰ ਕਿਸ ਤਰ੍ਹਾਂ ਕੰਮ ਕਰਦਾ ਹੈ ਇਹਨੂੰ ਸਮਝਣ ਤੋਂ ਬਾਅਦ ਬਹੁਤ ਸਾਰੇ ਤਜਰਬੇ ਆਪਣੀ ਬਾਡੀ ਤੇ ਕਰਨ ਤੋਂ ਬਾਅਦ ਸਾਰੇ ਰੋਗਾਂ ਤੋਂ ਪਿੱਛਾ ਛੁਡਾ ਸਕਿਆ ਤੇ ਦਵਾਈਆਂ ਦਾ ਸੇਵਨ ਵੀ ਮੇਰਾ ਜ਼ੀਰੋ ਹੋ ਗਿਆ ਇਹ ਸਾਰੀ ਚੀਜ਼ ਨੂੰ ਬਹੁਤ ਸਾਰੇ ਲੋਕ ਤੁਸੀਂ ਜਿਹੜੇ ਦੇਖ ਰਹੇ ਹੋ ਜਾਣਦੇ ਹੋ ਤੇ ਸਾਰੇ ਲੋਕ ਮੈਨੂੰ ਬਸ ਇਹੀ ਹਰ ਵਾਰੀ ਪੁੱਛਦੇ ਨੇ ਵੀ ਤੂੰ ਕੀ ਖਾਂਦਾ ਹੈ ਸਾਰਾ ਦਿਨ ਆਪਣੀ ਡਾਈਟ ਦੱਸ ਦੇ ਤਾਂ ਕਿ ਅਸੀਂ ਵੀ ਉਹ ਫੋਲੋ ਕਰ ਲਈਏ ਸਿਰਫ ਡਾਈਟ ਨਾਲੇ ਹੋਣ ਜਾਣ ਵਾਲਾ ਨਹੀਂ ਹੈ ਇਹ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਇਹਦੇ ਬਾਰੇ ਚਰਚਾ ਕੀਤੀ ਸੀ ਜਦੋਂ ਆਪਾਂ ਗੱਟ ਬਾਇਓਮ ਦੀ ਗੱਲ કરી ਸੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੰਟਰੋਲ ਕਰਦੀਆਂ ਨੇ ਆਪਣੇ ਸਵਾਸਥ ਨੂੰ ਸਭ ਤੋਂ ਉੱਪਰ ਮਾਈਂਡ ਬ੍ਰੇਨ ਫਿਰ ਸਾਹ ਫਿਰ ਫੂਡ ਖੁਰਾਕ ਫਿਰ ਤੁਹਾਡਾ ਗੱਟ ਡਾਈਜੈਸਟਿਵ ਸਿਸਟਮ ਇਹਦਾ ਸਭ ਤੋਂ ਵੱਡਾ ਰੋਲ ਹੈ ਇਹ ਸਾਡੇ ਬ੍ਰੇਨ ਨੂੰ ਵੀ ਕੰਟਰੋਲ ਕਰਦਾ ਤੇ ਇਹਦੇ ਵਿੱਚ ਆਪਣਾ ਇੱਕ ਬ੍ਰੇਨ ਹੈ ਜਿਹਨੂੰ ਇੰਟਰਨੈਟ ਨਰਵਸ ਸਿਸਟਮ ਕਿਹਾ ਜਾਂਦਾ ਇਹ ਸੈਂਟਰਲ ਨਰਵਸ ਸਿਸਟਮ ਹੈ ਇਹ ਨਰਵਸ ਸਿਸਟਮ ਹੈ ਜਿਹੜਾ ਬਹੁਤ ਸਟਰੋਂਗ ਹੈ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਚਰਚਾ ਕੀਤੀ ਸੀ ਦੋਸਤੋ ਥੱਲੇ ਇਹ ਮੂਵਮੈਂਟ ਸਾਰੇ ਸਰੀਰ ਦੀ ਜਿਹੜੀ ਮੂਵਮੈਂਟ ਹੈ। ਤੋਂ ਖੁਰਾਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ। ਖੁਰਾਕ ਮੋਟੀਆਂ-ਮੋਟੀਆਂ ਚੀਜ਼ਾਂ ਹਰੇਕ ਇਨਸਾਨ ਵਾਸਤੇ ਇੱਕੋ ਹੀ ਤਰ੍ਹਾਂ ਕੰਮ ਕਰਦੀਆਂ ਨੇ। ਜਿਵੇਂ ਚੀਨੀ ਹੋ ਗਈ, ਘਿਓ ਹੋ ਗਿਆ ਇਹਦੇ ਬਾਰੇ ਆਪਾਂ ਚਰਚਾ ਕਰ ਚੁੱਕੇ ਹਾਂ ਪਹਿਲਾਂ। ਲੇਕਿਨ ਜਿਹੜੀ ਪ੍ਰਕਿਰਤੀ ਹੈ, ਜਿਹੜੀ ਨੇਚਰ ਹੈ ਬੰਦੇ ਦੀ ਹਰੇਕ ਦੀ ਜਿਹੜਾ ਮਤਲਬ ਕੁਦਰਤ ਨੇ ਹਰੇਕ ਬੰਦੇ ਨੂੰ ਅਲੱਗ ਤਰ੍ਹਾਂ ਘੜਿਆ। ਜਿਵੇਂ ਕੋਈ ਬੰਦਾ ਬਹੁਤ ਬਰੀਕ ਹੁੰਦਾ ਉਹਦਾ ਸਰੀਰ ਢਾਂਚਾ ਹੀ ਉਸ ਤਰ੍ਹਾਂ ਦਾ ਹੁੰਦਾ ਕੋਈ ਇੱਕ ਮੀਡੀਅਮ ਢਾਂਚੇ ਦਾ ਮਾਲਕ ਹੁੰਦਾ ਤਾਂ ਇੱਕ ਕੋਈ ਬਹੁਤ ਬ੍ਰਾਡ ਢਾਂਚੇ ਦਾ ਮਾਲਕ ਆਉਂਦਾ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀ ਬਾਹਰਲੀ ਆਪਣੀ ਆਧੁਨਿਕ ਜਿਹੜੀ ਸਾਇੰਸ ਹੈ ਉਹ ਹੌਲੀ-ਹੌਲੀ ਇਹਦੇ ਤੇ ਪਹੁੰਚ ਰਹੀ ਹੈ ਜਿਵੇਂ ਹੁਣ ਗੱਟ ਪਾਯੋਮ ਦੀ ਹੁਣ ਗੱਲ ਕਰਨੀ ਸ਼ੁਰੂ ਕੀਤੀ ਪਿਛਲੇ 10 ਸਾਲਾਂ ਤੋਂ ਇਹਦੇ ਤੇ ਰਿਸਰਚ ਹੋਈ لیکن পুরাਤਨ ਵਿਗਿਆਨ ਨੇ ਇਹਨੂੰ ਬੜੀ ਚੰਗੀ ਤਰ੍ਹਾਂ ਸਮਝਿਆ ਸੀਗਾ ਔਰ ਇਹਨੂੰ ਅਲੱਗ-ਅਲੱਗ ਤਰ੍ਹਾਂ ਕੈਟੇਗਰੀਜ਼ ਕਰਿਆ ਸੀਗਾ ਜਿਵੇਂ ਤੁਹਾਡਾ ਢਾਂਚਾ ਬਹੁਤ ਵੱਡਾ ਤਾਂ ਤੁਸੀਂ ਇੱਕ ਹੱਦ ਤੱਕ ਹੀ weight loss ਆਪਣਾ ਕਰ ਸਕਦੇ ਹੋ ਮਤਲਬ ਤੁਸੀਂ ਫਿੱਟ ਹੋ ਸਕਦੇ ਹੋ ਸਟ੍ਰੇਟ ਤੁਹਾਡਾ ਪੇਟ ਹੋ ਸਕਦਾ ਹੋਮੇ ਫਿੱਟ ਹੋ ਸਕਦੇ ਪਰ ਜੇ ਤੁਸੀਂ ਸੋਚੋ ਕਿ ਮੈਂ ਬਿਲਕੁਲ ਬਰੀਕ ਹੋ ਜਾਵਾਂ ਉਹ ਪੋਸੀਬਲ ਨਹੀਂ ਹੈ ਕਿਉਂਕਿ ਤੁਹਾਡੀ ਪ੍ਰਕਿਰਤੀ ਜਿਹੜੀ ਹੈ ਨਾ ਉਹ ਤੁਹਾਡੀ ਉਸ ਉਹਨਾਂ ਪਤਲਾ ਹੋਣ ਦੀ ਹੈ ਹੀ ਨਹੀਂ ਉਹਨਾਂ ਬਰੀਕ ਹੋਣ ਦੀ ਹੈ ਹੀ ਨਹੀਂ ਤੋਂ ਆਪਣੇ ਸਰੀਰ ਦੀ ਪ੍ਰਕਿਰਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸੋਚੋ ਕਿ ਮੈਂ ਖਾਣਾ ਛੱਡਦਾ ਗੀ ਜਾਂ ਛੱਡਦਾਗਾ ਤੇ ਮੈਂ ਪਤਲਾ ਹੋ ਜਾਊਗਾ ਇਹ ਐਕਸਰਸਾਈਜ਼ ਬਹੁਤ ਕਰ ਲੂੰਗਾ ਜੇ ਤੁਹਾਡੇ ਢਾਂਚੇ ਦੀ ਬਣਤਰ ਉਸੇ ਤਰ੍ਹਾਂ ਦੀ ਹੈ ਤਾਂ ਤੁਸੀਂ ਇੱਕ ਹੱਦ ਤੱਕ ਹੀ ਆਪਣੀ ਬਾਡੀ ਦਾ ਜਿਹੜਾ ਮਾਸ ਹੈ ਉਹਨੂੰ ਰਿਡਿਊਸ ਕਰ ਸਕਦੇ ਹੋ ਜਿਵੇਂ ਬਾਡੀ ਮਾਸ ਇੰਡੈਕਸ ਹਮ ਕਹ ਦਿੰਦੇ ਨੇ ਉਹ ਇੱਕੋ ਹੀ ਰਸੇ ਨਾਲ ਸਾਰਿਆਂ ਨੂੰ ਬੰਨਣ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਦੇ ਜੇ ਹੁਣ ਹਾਥੀ ਨੂੰ ਤੁਸੀਂ ਬਰਤਕਰਦ ਕਰਾ ਦੋ ਤਾਂ ਉਹ ਜਿਰਾਫ ਥੋੜਾ ਵੱਡਾ ਬਣ ਜਾਊਗਾ ਉਹ ਤਾਂ ਹਰੇਕ ਇਨਸਾਨ ਦੀ ਪ੍ਰਕਿਰਤੀ ਥੋੜੀ ਥੋੜੀ ਅਲੱਗ ਹੈ ਹੁਣ ਜਿਵੇਂ ਕਿਸੇ ਦੇ ਵਾਲ ਪਤਲੇ ਹੁੰਦੇ ਨੇ ਕਿਸੇ ਦੇ ਬ੍ਰਾਊਨ ਹੁੰਦੇ ਨੇ ਕਿਸੇ ਦੇ ਕੁਂਗਰਾਲੇ ਹੁੰਦੇ ਨੇ ਤਾਂ ਕਿਸੇ ਬੰਦੇ ਨੂੰ ਕਦੀ ਕਦੀ ਵੀ ਭੁੱਖ ਲੱਗਦੀ ਹੈ ਕਦੀ ਨਹੀਂ ਲੱਗਦੀ ਇੱਕ ਸਹੀ ਟਾਈਮ ਦੇ ਉੱਤੇ ਨਹੀਂ ਲੱਗਦੀ ਤੇ ਕਿਸੇ ਨੂੰ ਭੁੱਖ ਕੋਈ ਟੋਲਰੇਟ ਕਰ ਹੀ ਨਹੀਂ ਸਕਦਾ ਕਈ ਐਜ ਨੇ ਜਿਹੜੇ ਲੰਬਾ ਟਾਈਮ ਵਰਤ ਕਰ ਸਕਦੇ ਨੇ ਤੇ ਜੇ ਤੁਹਾਨੂੰ ਇਹ ਲੱਗਦਾ ਵੀ ਮੈਨੂੰ ਬਾਰ-ਬਾਰ ਭੁੱਖ ਲੱਗਦੀ ਹੈ ਇਹ ਕੋਈ ਵਿਕਰਤੀ ਨਹੀਂ ਹੈ ਇਹ ਥੋੜੀ ਪ੍ਰਕਿਰਤਿਕ ਤੌਰ ਦੇ ਉੱਤੇ ਵੀ ਢਾਂਚਾ ਜਿਹੜਾ ਹੈ ਉਸ ਤਰ੍ਹਾਂ ਦਾ ਹੋ ਸਕਦਾ ਹੈ ਤੋ ਇਹਨੂੰ ਪੁਰਾਤਨ ਜਿਹੜਾ ਵਿਗਿਆਨ ਹੈ ਉਹਨੇ ਇਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਸਮਝਣ ਵਾਸਤੇ ਮੋਟਾ-ਮੋਟੀ ਤਿੰਨ ਚੀਜ਼ਾਂ ਦੇ ਵਿੱਚ ਵੰਡਿਆ ਵਾਤ ਪਿੱਤ ਤੇ ਕਫ ਫਿਰ ਚਰਚਾ ਕਰਾਂਗੇ ਉਹਦੀ ਵੀ ਤੇ ਉਹ ਉਹਦੇ ਨਾਲ ਵੀ ਤੁਹਾਡੇ ਆਹਾਰ ਦੇ ਵਿੱਚ ਫਰਕ ਜ਼ਰੂਰ ਪੈਂਦਾ ਤੁਹਾਡਾ ਜਿਹੜੀ ਪ੍ਰਕਿਰਤੀ ਤੁਹਾਡੀ ਜਿਹੜੀ ਹੈ ਉਹਦੇ ਹਿਸਾਬ ਨਾਲ ਤੁਹਾਡਾ ਫਰਕ ਪੈਂਦਾ ਪਰ ਜਦੋਂ ਅਸੀਂ ਜੇ ਕਿਸੇ ਆਯੁਰਵੇਦ ਡਾਕਟਰ ਕੋਲ ਵੀ ਜਾਂਦੇ ਹਾਂ ਤਾਂ ਉਦੋਂ ਬਿਮਾਰ ਹੋ ਕੇ ਜਾਂਦੇ ਆ ਉਦੋਂ ਅਸੀਂ ਜੋ ਨੇਚੁਰਲੀ ਹੈਗਿਆ ਉਹ ਕੰਡੀਸ਼ਨ ਦੇ ਵਿੱਚ ਨਹੀਂ ਹੁੰਦੇ ਉਹ ਤਾਂ ਵਕ੍ਰਿਤੀ ਦੇ ਵਿੱਚ ਜਾਂਦੇ ਆ ਤਾਂ ਉਹ ਕਈ ਵਾਰੀ ਉਹ ਆਯੁਰਵੈਦਿਕ ਜਿਹੜਾ ਤੁਹਾਡਾ ਡਾਕਟਰ ਹੈ ਉਹ ਵੀ ਸ਼ਾਇਦ ਤੁਹਾਡੀ ਪ੍ਰਕਿਰਤੀ ਨੂੰ ਸਹੀ ਤਰ੍ਹਾਂ ਨਾ ਸਮਝ ਸਕੇ ਖੈਰ ਤੋਂ ਇੱਕੋ ਹੀ ਤਰ੍ਹਾਂ ਦਾ ਖਾਣਾ ਜਿਹੜਾ ਹੈਗਾ ਉਹ ਸਾਰਿਆਂ ਵਾਸਤੇ ਰეკਮੈਂਡ ਨਹੀਂ ਹੋ ਸਕਦਾ ਲੇਕਿਨ ਕੁਝ ਜਿਹੜੇ ਥੰਮ ਰੂਲਸ ਨੇ ਉਹ ਸਾਰਿਆਂ ਤੇ ਇੱਕ ਸਾਰ ਹੀ ਕੰਮ ਕਰਦੇ ਨੇ ਜਿਵੇਂ ਜਿਹੜੀ ਚੀਨੀ ਹੈ ਤੁਹਾਡੀ ਉਹ ਤੁਹਾਨੂੰ ਮਰਵਾਊਗੀ ਬਿਮਾਰ ਕਰੂਗੀ ਇਹ ਗਾਰੰਟੀਡ ਹੈ ਚਾਹੇ ਤੁਸੀਂ ਪਿਤ ਪ੍ਰਕਿਰਤੀ ਵਾਲੇ ਵੀ ਹੋ ਚਾਹੇ ਤੁਸੀਂ ਬਹੁਤ ਐਕਸਰਸਾਈਜ਼ ਕਰਦੇ ਹੋ ਇਹਦੇ ਤੇ ਵੀਡੀਓ ਮੈਂ ਬਣਾ ਚੁੱਕੇ ਹਾਂ ਪਹਿਲਾਂ ਤੇ ਉਹਦੇ ਨਾਲ ਫਰਕ ਨਹੀਂ ਪੈਂਦਾ ਉਹਨੇ ਤਾਂ ਤੁਹਾਨੂੰ ਡੈਮੇਜ ਕਰਨਾ ਹੀ ਕਰਨਾ ਉਹਨੇ ਤੁਹਾਨੂੰ ਜਿਹੜਾ 슈ਗਰ ਹੈਗੀ ਹੈ ਇਸੇ ਤਰ੍ਹਾਂ ਘਿਓ ਦਾ ਘੱਟ ਸੇਵਨ ਜ਼ਿਆਦਾ ਸੇਵਨ ਵੀ ਨੁਕਸਾਨਦੇ ਸੈਚੁਰੇਟਿਡ ਫੈਟਸ ਇਹਦੇ ਤੇ ਪਿਛਲੀਆਂ ਵੀਡੀਓਸ 'ਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਉਹ ਪਰ ਮਤਲਬ ਹਰ ਚੀਜ਼ ਮੋਡਰੇਸ਼ਨ ਚ ਚਾਹੀਦੀ ਹੈ ਜ਼ਿਆਦਾ ਔਰ ਵੀ ਖਰਾਬ ਕਰੂਗੀ ਔਰ ਜੇ ਤੁਸੀਂ ਉਹਨੂੰ ਬਿਲਕੁਲ ਨਹੀਂ ਲੈਂਦੇ ਉਹ ਵੀ ਖਰਾਬ ਕਰੂਗੀ ਤਾਂ ਇਹ ਕੁਝ ਚੀਜ਼ਾਂ ਜਿਹੜੀਆਂ ਹਰੇਕ ਇਨਸਾਨ ਦੇ ਉੱਤੇ ਬਰਾਬਰ ਕੰਮ ਕਰਦੀਆਂ ਨੇ ਚਾਹੇ ਉਹ ਕਿਸੇ ਵੀ ਪ੍ਰਕਿਰਤੀ ਦਾ ਪਰਵਰਤੀ ਦਾ ਮਾਲਕ ਹੋਵੇ ਕੋਈ ਵੀ ਉਹਦੀ ਪ੍ਰਵਰਤੀ ਹੋਵੇ ਉਹਦੇ ਨਾਲ ਫਰਕ ਨਹੀਂ ਪੈਂਦਾ ਤਾਂ ਜਿਹੜੀ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਉਹ ਫੂਡ ਦੇ ਵਿੱਚ ਤੁਹਾਡਾ ਮੋਟਾ-ਮੋਟੀ ਅਸੀਂ ਤਿੰਨੋਂ ਚੀਜ਼ਾਂ ਦੇ ਵਿੱਚ ਦੇਖਦੇ ਹਾਂ ਕਾਰਬੋਹਾਈਡਰੇਟ ਫੈਟ ਤੇ ਪ੍ਰੋਟੀਨ ਲੇਕਿਨ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਜਿਹਨੂੰ ਓਮਿਟ ਕਰ ਜੰਨੇ ਆ ਸੀ ਉਹ ਫਾਈਬਰ ਹੈ ਕਿਉਂਕਿ ਜਦੋਂ ਅਸੀਂ ਖਾਣਾ ਖਾ ਰਹੇ ਹਾਂ ਅਸੀਂ ਕੱਲੇ ਆਪਣੇ ਵਾਸਤੇ ਖਾਣਾ ਨਹੀਂ ਖਾ ਰਹੇ ਸਾਡੀ ਗੱਟ ਦੇ ਅੰਦਰ ਸਾਡੀ ਆਂਤੜੀਆਂ ਦੇ ਅੰਦਰ ਸੂਖਸ਼ਮ ਜੀਵਾਣੂ ਨੇ 2 ਕਿਲੋ ਵਜਨ ਹੈ ਉਹਨਾਂ ਦਾ ਮਤਲਬ ਤੇਰੀ ਅੱਖ ਨਾਲ ਤੁਹਾਨੂੰ ਨਜ਼ਰ ਵੀ ਨਹੀਂ ਆਉਂਦੇ ਉਹਨਾਂ ਦਾ ਵਜਨ ਜੇ ਆਪਾਂ ਕਰੀਏ ਤਾਂ 2 ਕਿਲੋ ਹੈ ਬ੍ਰੇਨ ਦੇ weight ਜਿੰਨਾ ਬਰਾਬਰ ਹੋ ਜਾਂਦਾ ਉਹਨਾਂ ਨੂੰ ਖੁਰਾਕ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉੱਥੋਂ ਸ਼ੁਰੂ ਹੁੰਦੀਆਂ ਨੇ ਜੇ ਉਹਨਾਂ ਨੂੰ ਖੁਰਾਕ ਨਹੀਂ ਮਿਲਦੀ ਤਾਂ ਤੁਹਾਡਾ ਜਿਹੜਾ ਗੱਟ ਦਾ ਜਿਹੜਾ ਬਾਇਓ ਮੈਂ ਅੰਗਰੇਜ਼ੀ ਦੇ ਅੱਖਰ ਨੇ ਦੋਵੇਂ ਇਕੱਠਾ ਦਾ ਮਤਲਬ ਅੰਤ ਨਹੀਂ ਬਾਇਓ ਮਤਲਬ ਇੱਕ ਸੰਗ੍ਰਹਿ ਜਿਹੜਾ ਹੈਗਾ ਸੂਖਸ਼ਮ ਜੀਵਾਣੂਆਂ ਦਾ ਉਹ ਜਦੋਂ ਸੂਖਸ਼ਮ ਜੀਵ ਜੀਵੀ ਖਤਮ ਹੋਣ ਲੱਗ ਗਏ ਉਦੋਂ ਸਮਝੋ ਤੁਹਾਡੀ ਜਿਹੜੀ ਡਾਈਜੈਸ਼ਨ ਹੈ ਤੁਹਾਡਾ ਪਾਚਨ ਕਿਰਿਆ ਉਹ ਰੁਇਨ ਹੋ ਗਈ ਜਦੋਂ ਪਾਚਨ ਕਿਰਿਆ ਰੁਇਨ ਹੋ ਗਈ ਤਾਂ ਸਾਰੇ ਰੋਗ ਉੱਥੋਂ ਲੱਗਣਗੇ ਆਟੋ ਇਮਿਊਨ ਡਿਜ਼ੀਜ਼ ਤੋਂ ਲੈ ਕੇ ਸਾਰੇ ਉੱਥੋਂ ਲੱਗਣਗੇ ਤਾਂ ਉਹਨਾਂ ਨੂੰ ਖਾਣਾ ਜਿਹੜਾ ਖਿਲਾਣਾ ਉਹ ਬਹੁਤ 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 ਜ਼ਿਆਦਾ ਜ਼ਰੂਰੀ ਹੈ ਤਾਂ ਉਹਨਾਂ ਦੀ ਖੁਰਾਕ ਬਾਰੇ ਆਪਾਂ ਗੱਲ ਕਰਾਂਗੇ ਅੱਜ ਕਿ ਉਹਨਾਂ ਨੂੰ ਕੀ ਖਾ ਉਹਨਾਂ ਨੂੰ ਕੀ ਖਾਣਾ ਪਸੰਦ ਹੈ ਉਹਨਾਂ ਨੂੰ ਖਾਣਾ ਪਸੰਦ ਹੈ ਫਾਈਬਰ ਫਾਈਬਰ ਕੀ ਹੁੰਦਾ ਰੇਸ਼ਾ ਜਿਵੇਂ ਜੇ ਤੁਸੀਂ ਆਮਬ ਖਾਓ ਤੇ ਵਿੱਚੋਂ ਬਾਲ ਜਿਹੜੇ ਰਹ ਜਾਂਦੇ ਨੇ ਉਹ ਹੁੰਦਾ ਰੇਸ਼ਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਤਾਂ ਜਦੋਂ ਫਰੂਟ ਖਾਣੇ ਉਹਦਾ ਵੀ ਜੂਸ ਕੱਢ ਲੈਨੇ ਫਾਈਬਰ ਸਾਰਾ ਉਹਦਾ ਨੈਗਲੈਕਟ ਕਰ ਦਿੰਨੇ ਤੋ ਉਹ ਜੂਸ ਮੇਰੀ 슈ਗਰਸ ਹੈ ਉਹਨੇ ਕੋਈ ਬੈਨੀਫਿਟ ਨਹੀਂ ਦੇਣਾਗਾ ਤੋ ਜਦੋਂ ਵੀ ਅਸੀਂ ਕੋਈ ਵੀ ਚੀਜ਼ ਨੂੰ ਖਾਣਾ ਉਹਨੂੰ ਹੋਲ ਖਾਈਏ ਪੂਰਾ ਤਾਂ ਕਿ ਫਾਈਬਰ ਇਨਟੇਕ ਵੀ ਵਿੱਚ ਨਾਲ ਜਾਵੇ ਜਰਕੇ ਗ੍ਰੇਨਸ ਜਿਹੜੇ ਹੈਗੇ ਨੇ ਜਿਹੜੇ ਤੁਹਾਡੇ ਅਨਾਜ ਨੇ ਉਹ ਚਾਹੇ ਕੋਈ ਵੀ ਅਨਾਜ ਨੇ ਉਹ ਹਿਊਮਨਸ ਵਾਸਤੇ ਉਹਨੇ ਵਧੀਆ ਨਹੀਂ ਹਗੇ ਉਹ ਪਰ ਜੇ ਆਪਾਂ ਖਾਣੇ ਵੀ ਆ ਤਾਂ ਹੋਲ ਗ੍ਰੇਨ ਖਾਈਏ ਮਤਲਬ ਉਹਦਾ ਜਿਹੜਾ ਉੱਪਰਲਾ ਚੋਕਰ ਹੁੰਦਾ ਉਹ ਨਾਲ ਪੀਸਿਆ ਜਾਵੇ ਕਿਉਂਕਿ ਜਿੰਨੇ ਵੀ ਤੱਤ ਨੇ ਜਿਹੜੇ ਨਿਊਟ੍ਰੀਐਂਟਸ ਆ ਔਰ ਜਿਹੜੇ ਫਾਈਬਰਸ ਨੇ ਉਹ ਸਾਰੇ ਦੇ ਸਾਰੇ ਉਹਦੇ ਵਿੱਚ ਹੁੰਦ ਨੇ ਚੋਕਰ ਦੇ ਉਹਨੂੰ ਜਦ ਆਪਾਂ ਹਟਾ ਦਿੰਨੇ ਆ ਤਾਂ ਉਹ ਮੈਦੇ ਹੀ ਬਣ ਜਾਂਦਾ ਤਾਂ ਫਾਈਬਰ ਦੀ ਮਤਲਬ ਐਨੀ ਜ਼ਿਆਦਾ ਅਹਿਮੀਅਤ ਹੈ ਜਿਹੜੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਬਿਓਂਡ ਇਮੇਜਿਨੇਸ਼ਨ ਹੈ ਜਿਹੜੀ ਫਾਈਬਰ ਦੀ ਅਹਿਮੀਅਤ ਹੈ ਜਿਹੜੇ ਇਹ ਸਾਡੇ ਗਟ ਬਾਇਓਮ ਨੇ ਮਤਲਬ ਜਿਹੜੇ ਉਹ ਸੂਖਸ਼ਮ ਜੀਵਾਣੂ ਨੇ ਜਿਹੜੇ ਬੈਕਟੀਰੀਆ ਨੇ ਹੁੰਦੇ ਫੰਗਸ ਤੇ ਵਾਇਰਸਸ ਵੀ ਨੇ ਬਟ ਜ਼ਿਆਦਾ ਇਨਫਲੂਐਂਸ ਜਿਹੜੇ ਨੇ ਉਹ ਬੈਕਟੀਰੀਆ ਕਰਦੇ ਨੇ ਤਾਂ ਹੀ ਇਹਨੂੰ ਗਟ ਬੈਕਟੀਰੀਆ ਕਿਹਾ ਜਾਂਦਾ ਹੈ ਤੋ ਉਹਨਾਂ ਦੀ ਜਿਹੜੀ ਖੁਰਾਕ ਹੈ ਉਹ ਫਾਈਬਰ ਹੈ ਫਾਈਬਰ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦਾ ਸੋਲੀਬਲ ਫਾਈਬਰ ਜਿਹੜਾ ਘੁਲ ਕੇ ਜੈਲ ਵਰਗਾ ਬਣਾ ਲੈਂਦਾ ਜੈਲੀ ਵਰਗਾ ਬਣ ਜਾਂਦਾ ਇੱਕ ਹੁੰਦਾ ਇਨਸੋਲੀਬਲ ਫਾਈਬਰ ਜਿਹੜਾ ਏਸੀ ਤਰ੍ਹਾਂ ਹੀ ਸਾਡੀ ਜਿਹੜੀ ਹੈ ਗੱਟ ਦੇ ਵਿੱਚੋਂ ਨਿਕਲਦਾ ਤੋ ਗੁੱਡ ਐਂਡ ਬੈਡ ਚੰਗੇ ਔਰ ਮਾੜੇ ਦੋਹੇ ਤਰ੍ਹਾਂ ਦੇ ਜਿਹੜੇ ਜਿਵਾਣੂ ਤੁਹਾਡੇ ਜਿਵਾਣੂ ਹੱਗੇ ਨੇ ਸਾਡੇ ਪੇਟ ਦੇ ਵਿੱਚ ਨੇ ਜਿਹਨਾਂ ਨੂੰ ਅਸੀਂ ਖੁਰਾਕ ਦਵਾਂਗੇ ਉਹੀ ਵਧਣਗੇ ਤੇ ਉਹੀ ਕਮਾਂਡ ਕਰਨਗੇ ਜਿਹੜਾ ਤੁਹਾਡਾ ਇੰਟਰਨੈਰਵਸ ਸਿਸਟਮ ਐਤੋਂ ਸਿਗਨਲ ਪੇਜਦਾ ਬ੍ਰੇਨ ਨੂੰ ਬ੍ਰੇਨ ਉਹਦੇ ਹਿਸਾਬ ਨਾਲ ਕੰਮ ਕਰਨਾ ਸ਼ੁਰੂ ਕਰਦਾ ਜੇ ਅਸੀਂ ਮਾੜੇ ਜੀਵਾਣੂਆਂ ਦੀ ਖੁਰਾਕ ਜ਼ਿਆਦਾ ਖਾਵਾਂਗੇ ਤਾਂ ਉਹਨਾਂ ਦੀ ਗਿਣਤੀ ਵਧੂਗੀ ਚੰਗੇ ਦਬ ਜਾਣਗੇ ਜਿਵੇਂ ਤੁਸੀਂ ਜੇ ਹੁਣ 슈ਗਰ 슈ਗਰੀ ਫੂਡ ਖਾਂਦੇ ਹੋ ਬਹੁਤ ਜ਼ਿਆਦਾ 슈ਗਰੀ ਫੂਡ ਖਾਂਦੇ ਹੋ ਤਾਂ ਉਹ ਉਹਦੇ ਨਾਲ ਮਾੜੇ ਜੀਵਾਣੂਆਂ ਦੀ ਜਿਹੜੀ ਤੁਹਾਡੀ ਉਹ ਗਿਣਤੀ ਵੱਧਦੀ ਹੈ ਚੰਗੇ ਘਟ ਜਾਂਦੇ ਨੇ ਤਾਂ ਜਦੋਂ ਤੁਸੀਂ 슈ਗਰੀ ਫੂਡ ਖਾਂਦੇ ਹੋ ਉਹਨਾਂ ਨੂੰ ਕੋਰਕ ਮਿਲਦੀ ਹੈ ਤਾਂ ਡੋਪਾਮਿਨ ਡੋਪਾਮਿਨ ਹੁਣ ਅੰਗਰੇਜ਼ੀ ਦਾ ਅੱਖਰ ਹੈ ਤਾਂ ਡੋਪਾਮਿਨ ਹੀ ਕਹਿਣਾ ਪਊਗਾ ਸੈਰਟੋਨਿਨ ਵੀ ਅੰਗਰੇਜ਼ੀ ਦਾ ਅੱਖਰ ਹੈ ਤਾਂ ਇਹੀ ਵਰਤਣਾ ਪਊਗਾ ਹੈ ਕਿ ਇਹ ਇਹ ਦੋ ਇਹੋ ਜਿਹੇ ਹਾਰਮੋਨਸ ਨੇ ਦੋ ਇਹੋ ਜਿਹੇ ਰਸ ਨੇ ਦੋ ਇਹੋ ਜਿਹੇ ਕੈਮੀਕਲਸ ਐ ਜਿਹੜੇ ਬਾਡੀ ਖੁਦ ਬਣਾਦੀ ਹੈ ਜਿਹੜੇ ਸਿੱਧੇ ਤੁਹਾਡੇ ਦਿਮਾਗ ਨੂੰ ਜਾਂਦੇ ਨੇ ਹਾਰਮੋਨਸ ਔਰ ਤੁਹਾਨੂੰ ਖੁਸ਼ੀ ਦਾ ਅਹਿਸਾਸ ਦਿੰਦੇ ਨੇ ਵੀ ਮਜ਼ਾ ਆ ਗਿਆ ਨਜ਼ਾਰਾ ਆ ਗਿਆ ਚੱਕ ਦੇ ਫੱਟੇ ਹੋਰ ਲਿਆ ਤਾਂ ਜਦੋਂ ਤੁਸੀਂ ਗਲੂਕੋਜ਼ ਦਾ ਇਨਟੇਕ ਜ਼ਿਆਦਾ ਕਰਦੇ ਹੋ ਤਾਂ ਉਹ ਜਿਹੜੇ ਬਾਡ ਬੈਕਟੀਰੀਆਜ਼ ਨੇ ਉਹਨਾਂ ਉਹਨਾਂ ਦੀ ਗਿਣਤੀ ਵੱਧਦੀ ਹੈ ਜਦੋਂ ਉਹਨਾਂ ਦੀ ਗਿਣਤੀ ਵੱਧਦੀ ਹੈ ਔਰ ਡੋਪਾਮਿਨ ਹੋਰ ਜ਼ਿਆਦਾ ਸੈਕ੍ਰੀਟ ਕਰ ਦਿੰਦੇ ਨੇ ਸੈਕ੍ਰੀਟ ਮਤਲਬ ਹੋਰ ਜ਼ਿਆਦਾ ਪੈਦਾ ਕਰ ਦਿੰਦੇ ਨੇ ਜਦੋਂ ਉਹ ਜ਼ਿਆਦਾ ਡੋਪਾਮਿਨ ਪੈਦਾ ਹੁੰਦਾ ਉਹ ਡੋਪਾਮਿਨ ਸਿੱਧਾ ਤੁਹਾਡੇ ਦਿਮਾਗ ਨੂੰ ਜਾਂਦਾ ਔਰ ਦਿਮਾਗ ਦੇ ਵਿੱਚ ਸਾਨੂੰ ਮਤਲਬ ਬੇਵਸ ਕਰ ਦਿੰਦਾ ਹੋਰ ਖਾਣ ਵਾਸਤੇ ਜਿਵੇਂ ਨਸ਼ੇੜੀ ਨਸ਼ਾ ਨਹੀਂ ਛੱਡ ਸਕਦਾ ਉਸੇ ਤਰ੍ਹਾਂ ਸਾਨੂੰ ਮਿੱਠੇ ਦੀ ਕਾਰਬੋਹਾਈਡਰੇਟਸ ਦੀ ਮਤਲਬ ਮੈਦੇ ਦੀ ਇਹੋ ਜਿਹੀਆਂ ਚੀਜ਼ਾਂ ਦੀ ਲਤ ਲੱਗ ਜਾਂਦੀ ਹੈ ਕਿਉਂ ਤੁਸੀਂ ਖਾਈ ਜਾਂਦੇ ਹੋ ਔਰ ਉਹ ਤੁਹਾਡੇ ਮਾੜੇ ਜਿਹੜੇ ਜੀਵਾਣੂ ਨੇ ਉਹ ਡੋਪਾਮਿਨ ਉਹਨਾਂ ਹੀ ਪੈਦਾ ਕਰੀ ਜਾਂਦੇ ਨੇ ਔਰ ਉਹਨਾਂ ਹੀ ਤੁਹਾਡੇ ਦਿਮਾਗ ਨੂੰ ਡੋਪਾਮਿਨ ਜਾਈ ਜਾਂਦਾ ਤਾਂ ਤੁਸੀਂ ਇੱਕ ਵਿਸ਼ੇਸ ਸਾਈਕਲ ਮਤਲਬ ਇੱਕ ਚੱਕਰ ਵੀ ਉਹਦੇ ਵਿੱਚ ਫਸ ਗਏ ਜਿਹਨੂੰ ਤੋੜਨਾ ਤੁਹਾਡੇ ਵਾਸਤੇ ਮਤਲਬ ਨਾ ਮੁਮਕਨ ਵਰਗਾ ਹੋ ਜਾਂਦਾ ਸਾਰਾ ਬਸ ਸਾਰਾ ਇਹਦੇ ਤੇ ਬਹੁਤ ਲੰਬੀ ਚੌੜੀ ਰਿਸਰਚ ਹੋ ਰਹੀ ਹੈ ਅੱਜਕੱਲ ਜਿਹੜੀ ਕਿ ਲੇਟੈਸਟ ਜਿਹੜੀ ਅਮਰੀਕਨ ਨੇ ਰਿਸਰਚ ਕਰੀ ਹੈ ਚੂਹਿਆਂ ਦੇ ਉੱਪਰ ਉਹਨਾਂ ਨੇ ਕੀ ਕੀਤਾ ਟੇਸਟ ਬੱਡ ਮਤਲਬ ਇਹ ਜਿਹੜੇ ਸਾਡੇ ਜ਼ਬਾਨ ਦੇ ਉੱਤੇ ਛੋਟੇ ਛੋਟੇ ਜਿਹੜੇ ਦਾਣੇ ਜੇ ਤੁਹਾਨੂੰ ਦਿਖਦੇ ਨੇ ਇਹ ਸਾਨੂੰ ਸਵਾਦ ਦਾ ਅਹਿਸਾਸ ਕਰਾਉਂਦੇ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਦਾਣੇ ਹੁੰਦੇ ਨੇ ਜਿਹੜੇ ਅਲੱਗ-ਅਲੱਗ ਸਵਾਦ ਨੂੰ ਦਾ ਅਹਿਸਾਸ ਸਾਨੂੰ ਕਰਾਉਂਦੇ ਨੇ ਤਾਂ ਉਹਨਾਂ ਨੇ ਚੂਹਿਆਂ ਦੀ ਜ਼ਬਾਨ ਤੋਂ ਇਹ ਟੇਸਟ ਬੱਡ ਹਟਾਤੇ ਸਾਰੇ ਉਹਨਾਂ ਨੂੰ ਇੱਕ ਪਾਸੇ ਤਾਂ ਬ੍ਰੋਕਲੀ ਖਵਾਈ ਗ੍ਰੀਨ ਵੈਜੀਟੇਬਲ ਕੋਈ ਵੀ ਤੇ ਇੱਕ ਪਾਸੇ ਉਹਨਾਂ ਨੂੰ ਟੇਸਟੀ ਟੇਸਟੀ ਫੂਡ ਜਿਹਨੂੰ ਸੀਖਿਆ ਨਾ ਜਿਹੜਾ 슈ਗਰੀ ਫੂਡ ਹੋ ਗਿਆ ਤੁਹਾਡਾ ਮੈਦੇ ਦਾ ਬਣਿਆ ਹੋਇਆ ਪਿਜ਼ਾ ਵਿਜ਼ਾ ਉਹਨਾਂ ਨੂੰ ਖਵਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਇਹ ਦੇਖਿਆ ਕਿ ਟੇਸਟ ਬੱਡ ਚਾਹੇ ਨਹੀਂ ਸੀਗੇ ਤਾਂ ਵੀ ਉਹ ਜਿਹੜਾ 슈ਗਰੀ ਫੂਡ ਸੀਗਾ ਜਿਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਸੀਗੀ ਪਿਜ਼ਾ ਵਿਜ਼ਾ ਉਹਨੂੰ ਹੀ ਖਾਣਾ ਪ੍ਰੀਫਰ ਕਰਦੇ ਸੀ ਉਹ ਉਹਨੂੰ ਪ੍ਰਾਥਮਿਕਤਾ ਦਿੰਦੇ ਸੀ ਉਹਨੂੰ ਖਾਣ ਦੀ ਕਿਉਂ ਕਿ ਜਦੋਂ ਉਹ ਖਾ ਰਹੇ ਸੀਗੇ ਤਾਂ ਜਿਹੜੇ ਪੇਟ ਦੇ ਅੰਦਰ ਦੇ ਜੀਵਾਣੂ ਨੇ ਤੁਹਾਡੇ ਮਾਈਕਰੋ অর্গানিਜ਼ਮਸ ਬੈਡ ਵਾਲੇ ਉਹਨਾਂ ਨੂੰ ਉਹਨਾਂ ਦਾ ਫੂਡ ਸੀਗਾ ਉਹ ਐਕਟਿਵ ਹੁੰਦੇ ਸੀਗੇ ਹੋਰ ਜ਼ਿਆਦਾ ਪਨਪਦੇ ਸੀਗੇ ਔਰ ਜਦੋਂ ਹੋਰ ਜ਼ਿਆਦਾ ਪਨਪਦੇ ਸੀਗੇ ਤੇ ਜ਼ਿਆਦਾ ਡੋਪਾਮਿਨ ਸੈਕ੍ਰੀਟ ਕਰਦੇ ਸੀ ਉਹ ਜਿਹੜੀ ਜ਼ਿਆਦਾ ਡੋਪਾਮਿਨ ਸੀ ਸਿੱਧੀ ਤੁਹਾਡੇ ਬ੍ਰੇਨ ਚ ਜਾ ਕੇ ਤੁਹਾਨੂੰ ਹੋਰ ਖਾਣ ਨੂੰ ਪ੍ਰੇਰਿਤ ਕਰਦੀ ਸੀ ਦੂਸਰਾ ਤੁਹਾਨੂੰ ਸਵਾਦ ਹੀ ਨਹੀਂ ਲੱਗਦਾ ਨਾਰਮਲੀ ਲੋਕ ਇਹ ਕਹਿੰਦੇ ਨੇ ਕਿ ਵੀ ਜੇ ਤੁਸੀਂ ਮਿੱਠਾ ਛੱਡ ਦੋ ਤਾਂ ਤੁਹਾਨੂੰ ਮਿੱਠਾ ਖਾਣ ਦੀ ਆਦਤ ਹਟ ਜੂਗੀ ਇਸ ਤਰ੍ਹਾਂ ਨਹੀਂ ਹੈਗਾ ਤੁਸੀਂ 15 ਦਿਨ ਛੱਡ ਦੋ 20 ਦਿਨ ਛੱਡ ਦੋ 2 ਮਹੀਨੇ ਛੱਡ ਦੋ ਕੁਝ ਘਟੂਗਾ ਉਹ ਲੇਕਿਨ ਫੇਰ ਵੀ ਮਿੱਠਾ ਦੇਖ ਕੇ ਤੁਹਾਡਾ ਜਿਹੜਾ ਜੀ ਹੈ ਉਹ ਮਛਲੂ ਗਾਉ ਨੂੰ ਖਾਣ ਵਾਸਤੇ ਕਿਉਂਕਿ ਜਿਹੜੇ ਮਾੜੇ ਜਿਵਾਣੂ ਨੇ ਉਹ ਉਦੋਂ ਤੱਕ ਜੇ ਸਟਰੋਂਗ ਨੇ ਜਦ ਤੱਕ ਉਹ ਪੂਰੇ ਖਤਮ ਨਹੀਂ ਹੋ ਜਾਂਦੇ ਜਾਂ ਬਹੁਤ ਘਟ ਨਹੀਂ ਜਾਂਦੇ ਉਦੋਂ ਤੱਕ ਤੁਹਾਨੂੰ ਇਹ ਕ੍ਰੇਵਿੰਗਸ ਉਹ ਖਾਣ ਦੀ ਲਲਕ ਲੱਗਦੀ ਰਹੂਗੀ ਤਾਂ ਚੰਗੇ ਜਿਵਾਣੂ ਜਿਵੇਂ ਜਿਵੇਂ ਤੁਹਾਡੇ ਘਟੀ ਜਾਣਗੇ ਉਸ ਹਿਸਾਬ ਨਾਲ ਤੁਹਾਨੂੰ ਵੇਟ ਦੀ ਪ੍ਰੋਬਲਮ ਵੀ ਆਊਗੀ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ ਆਊਗੀ ਹਰ ਤਰ੍ਹਾਂ ਦੀ ਬਿਮਾਰੀ ਆਟੋ ਇਮਿਊਨ ਤੱਕ ਉਥੋਂ ਸਾਰੀ ਪੈਦਾ ਹੋ ਤੋ ਇਸ ਪਰ ਅਮਚਾ ਨਾ ਰਹਿਣਾ ਕਿ ਤੁਸੀਂ ਦੇਖਣ ਦੇ ਵਿੱਚ ਤੁਹਾਡਾ ਸਰੀਰ ਪਤਲਾ ਹੈ ਜਾਂ ਮਤਲਬ ਠੀਕ ਬੋਡੀ ਹੈ ਤੁਹਾਡੀ ਜਾਂ ਤੁਹਾਡੀ ਮੋਟੀ ਬੋਡੀ ਹੈ ਇਹ ਜਿਵਾਣੂਆਂ ਦਾ ਰੋਲ ਜਿਹੜਾ ਇਹ ਇੱਕ ਬਰਾਬਰ ਹੀ ਹੈ ਤੋ ਜਦੋਂ ਵੀ ਅਸੀਂ ਖਾਣਾ ਖਾਣਾ ਉਸ ਤੋਂ 15 ਮਿੰਟ ਪਹਿਲਾਂ ਅਸੀਂ ਜੇ ਚੀਆ ਸੀਡਸ ਇਹਨੂੰ ਚੀਆ ਸੀਡਸ ਕਹਿੰਦੇ ਨੇ ਰਾਹ ਬ੍ਰੀਕ ਨੇ ਬ੍ਰੀਕ ਜੇ ਸੀਡਸ ਨੇ ਇਹਦੇ ਚੋਂ ਦੋ ਚਮਚ ਚੀਆ ਸੀਡ ਦੇ ਦੋ ਚਮਚ ਚੀਆ ਸੀਡ ਦੇ ਇੱਕ 400 ਗ੍ਰਾਮ ਪਾਣੀ ਦੇ ਵਿੱਚ ਅਸੀ ਅਰੇ ਲਾ ਲਈਏ ਔਰ ਇਹਨੂੰ ਰਾਤ ਪਰਪੇਗ ਹੋਇਆ ਰਹਿਣ ਦੀ ਹੈ ਤਾਂ ਇਹ ਭਰਕੇ ਇੰਨਾ ਸਾਰਾ ਹੋ ਜਾਊਗਾ ਜੇ ਇਹਨੂੰ ਤੁਸੀਂ ਹਲਕਾ ਜਿਹਾ ਹਿਲਾ ਦੋਗੇ ਤਾਂ ਪੂਰਾ ਗਲਾਸ ਇਹਦੇ ਨਾਲ ਭਰ ਜਾਊਗਾ ਇਹਦੇ ਵਿੱਚ omega 6 ਵੀ ਹੈ omega 3 ਵੀ ਹੈ ਔਰ ਇਹਨੇ ਜੈਲ ਫਾਰਮੇਸ਼ਨ ਵੀ ਕਰਨੀ ਹੈ ਤਾਂ ਖਾਣਾ ਖਾਣ ਤੋਂ 15 ਮਿੰਟ ਪਹਿਲਾਂ ਤੁਸੀਂ ਇਹਨੂੰ ਜੇ ਖਾ ਲੈਂਦੇ ਹੋ ਇਹਨੂੰ ਪੀ ਲੈਂਦੇ ਹੋ ਮਤਲਬ ਔਰ ਫਿਰ ਤੁਸੀਂ ਖਾਣਾ ਖਾਂਦੇ ਹੋ ਤਾਂ ਤੁਹਾਡੇ ਖਾਣੇ ਦੇ ਵਿੱਚੋਂ ਜਿਹੜੀ 슈ਗਰਸ ਰਿਲੀਜ਼ ਹੋਣੀਆਂ ਨੇ इवन ਜੇ ਤੁਸੀਂ ਡਾਇਬਟੀਜ਼ ਹੋ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ ਜਾਂ ਕੋਈ ਹੋਰ ਸਮੱਸਿਆ ਹੈ ਜਾਂ ਨਹੀਂ ਵੀ ਹੈ ਤਾਂ ਤੁਹਾਡੇ ਖਾਣਾ ਇਹਦੇ ਵਿੱਚ ਘੁਲ ਕੇ ਹੌਲੀ 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 슈ਗਰ ਜਿਹੜੀ ਆ ਉਹ ਰਾਈਜ਼ ਹੋਊਗੀ ਜਿਹੜੀ ਕਿ ਬਹੁਤ ਵਧੀਆ ਰਿਜ਼ਲਟ ਦੇਊਗੀ ਪਲੱਸ ਇਹ ਜਿਹੜਾ ਤੁਹਾਡਾ ਫਾਈਬਰ ਇਹ ਗੁੱਡ ਬੈਕਟੀਰੀਆ ਦੀ ਖੁਰਾਕ ਹੈ ਉਹਨਾਂ ਦੀ ਗਿਣਤੀ ਵੀ ਵਧੂਗੀ ਉਹਦੇ ਨਾਲ ਓਵਰਆਲ ਹੈਲਥ ਦੇ ਉੱਤੇ ਤੁਹਾਨੂੰ ਫਰਕ ਪਊਗਾ ਤੋ ਇਹ ਜਿਹੜਾ ਹੈਗਾ ਇਹ ਨੂੰ ਆਪਣੀ ਖੁਰਾਕ ਦੇ ਵਿੱਚ ਆਪਾਂ ਜ਼ਰੂਰ ਸ਼ਾਮਿਲ ਕਰ ਲੀਏ ਕਿਉਂਕਿ ਪਹਿਲਾਂ ਜਦੋਂ ਆਪਾਂ ਫੈਟ ਦੀ ਵੀਡੀਓ ਗੱਲ ਕੀਤੀ ਸੀ ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਅਸੈਂਸ਼ੀਅਲ ਫੈਟੀ ਐਸਿਡਸ ਨੇ ਅਸੈਂਸ਼ੀਅਲ ਜਿਹੜਾ ਸਰੀਰ ਆਪ ਨਹੀਂ ਬਣਾ ਸਕਦਾ ਹੁਣ ਜਿਵੇਂ ਸਟਮਕ ਦੇ ਵਿੱਚ ਤੁਹਾਡੇ ਮਿਹਦੇ ਦੇ ਵਿੱਚ ਪੇਟ ਦੇ ਵਿੱਚ ਜਦੋਂ ਖਾਣਾ ਜਾਂਦਾ ਹੈ ਉਹਨੂੰ ਗਲਾਉਣ ਵਾਸਤੇ ਐਚ ਸੀ ਐਲ ਹਾਈਡਰੋਕਲੋਰਿਕ ਐਸਿਡ ਨਮਕ ਵਾਲਾ ਤਜਾਬ ਸਰੀਰ ਖੁਦ ਬਣਾਉਂਦਾ ਔਰ ਉਹਦੀ ਪੀ ਐਚ ਕਿੰਨੀ ਹੁੰਦੀ ਹੈ 1 ਤੋਂ ਲੈ ਕੇ 3 ਤੱਕ ਉਨੇ ਪੀ ਐਚ ਕੀ ਹੈ ਜਿਵੇਂ ਫੁੱਟਾ 1 ਤੋਂ ਲੈ ਕੇ 12 ਇੰਚ ਦਾ ਹੁੰਦਾ ਉਸੇ ਤਰ੍ਹਾਂ ਤਜਾਬੀ ਮਾਦਾ ਕਿਸੇ ਚੀਜ਼ ਦਾ ਮਾਪਣਾ ਹੋਵੇ ਵੀ ਇਹ ਕਿੰਨਾ ਤਜਾਬੀ ਹੈ ਤਾਂ ਇੱਕ ਫੁੱਟਾ ਬਣਾਇਆ ਗਿਆ ਜਿਹੜਾ 14 ਤੱਕ ਹੁੰਦਾ ਠੀਕ ਹੈ ਇੱਕ ਦਾ ਮਤਲਬ ਪੂਰਾ ਤਜਾਬੀ ਔਰ 14 ਦਾ ਮਤਲਬ ਪੂਰਾ ਐਲਕਲਾਈਨ ਹੁਣ ਐਲਕਲਾਈਨ ਨੂੰ ਪੰਜਾਬੀ ਚ ਕੀ ਕਹਿੰਦੇ ਨੇ ਮਾਫ ਕਰਨਾ ਮੈਨੂੰ ਨਹੀਂ ਪਤਾ ਬਟ ਉਹ ਇਹ ਪੂਰਾ ਤਜਾਬੀ ਮਾਦਾ ਹੋ ਗਿਆ ਇਹਦਾ ਮਤਲਬ ਇੱਕ ਦਾ ਮਤਲਬ ਹੁੰਦਾ ਜਿੰਨਾ ਬੈਟਰੀ ਜਿਹੜੀ ਹੁੰਦੀ ਹੈ ਆਪਣੀ ਕਾਰਾਂ ਗੱਡੀਆਂ ਟਰੈਕਟਰਾਂ ਦੇ ਟੱਕਾਂ ਦੇ ਵਿੱਚ ਜਿਹੜੀ ਬੈਟਰੀ ਹੁੰਦਾ ਉਹਦੇ ਵਿੱਚ ਜਿਹੜਾ ਤਜਾਬ ਹੈ ਇੱਕੋ ਦੀ ਪੀ ਐਚ ਮਤਲਬ ਉੱਥੇ ਤੱਕ ਹੁੰਦਾ ਇੰਨਾ ਤਜਾਬੀ ਮਾਦਾ ਹੁੰਦਾ ਔਰ ਉਹ ਖੁਦ ਬਾਡੀ ਖੁਦ ਤਿਆਰ ਕਰ ਦਈਆ ਹੋ ਤਾਂ ਜਿਹੜੀ ਸਾਡਾ ਮੇਦਾ ਹੈਗਾ ਜਿਹੜੀ ਸਟਮਕ ਹੈਗੀ ਹੈ ਇਹ ਬਹੁਤ ਜ਼ਿਆਦਾ ਐਸਿਡਿਕ ਹੁੰਦੀ ਹੈ ਬਹੁਤ ਜ਼ਿਆਦਾ ਤਜਾਬੀ ਹੁੰਦਾ ਜਦਕਿ ਮੂੰਹ ਜਿਹੜਾ ਸਾਡਾ ਉਹ ਐਲਕਲਾਈਨ ਹੁੰਦਾ ਪੇਟ ਮੈਕਸਿਮਮ ਤਜਾਬੀ ਤਜਾਬੀ ਹੁੰਦਾ ਔਰ ਪੇਟ ਦੇ ਵਿੱਚ ਸਿਰਫ ਪ੍ਰੋਟੀਨਸ ਜਿਹੜੀਆਂ ਨੇ ਉਹ ਡਾਈਜੈਸਟ ਹੁੰਦੀਆਂ ਨੇ ਮੂੰਹ ਦੇ ਵਿੱਚ ਕਾਰਬੋਹਾਈਡਰੇਟ ਤੇ ਜਿਹੜੇ ਸੈਚੂਰੇਟਿਡ ਫੈਟਸ ਨੇ ਉਹ ਡਾਈਜੈਸਟ ਹੋਣੇ ਸ਼ੁਰੂ ਹੁੰਦੇ ਨੇ ਇਹ ਪ੍ਰੋਟੀਨਸ ਨੂੰ ਬ੍ਰੇਕਡਾਊਨ ਕਰਨ ਵਾਸਤੇ ਤੁਹਾਡਾ ਬਣਿਆ ਉਸ ਤੋਂ ਬਾਅਦ ਤੁਹਾਡਾ ਐਸੋਫੇਗਸ ਦੇ ਵਿੱਚ ਜਾ ਕੇ ਹੋਰ ਸਾਰੀਆਂ ਪ੍ਰਕਿਰਿਆ ਹੁੰਦੀਆਂ ਨੇ ਕਿਸੇ ਵੇਲੇ ਇਹਦੇ ਤੇ ਅਲੱਗ ਤੋਂ ਆਪਾਂ ਚਰਚਾ ਕਰਾਂਗੇ ਤੋਂ ਅੱਜ ਆਪਾਂ ਫਾਈਬਰ ਤੇ ਰੁਕੀਏ ਤੋ ਜਦੋਂ ਆਸੀਂ ਇਹ ਫਾਈਬਰ ਦਾ ਇਨਟੇਕ ਰੈਗੂਲਰ ਕਰਨਾ ਸ਼ੁਰੂ ਕਰ ਦਾਂਗੇ ਤਾਂ ਉਹ ਜਿਹੜੇ ਚੰਗੇ ਜੀਵਾਣੂ ਹੈ ਉਹਨਾਂ ਦੀ ਗਿਣਤੀ ਵਧੂਗੀ ਸਾਡੀ ਡਾਈਜੈਸ਼ਨ ਇੰਪਰੂਵ ਹੋਊਗੀ ਕਿਉਂਕਿ ਸਾਰੇ ਜਿਹੜੇ ਰੋਗ ਨੇ ਉਹ ਸ਼ੁਰੂ ਇੱਥੋਂ ਡਾਈਜੈਸ਼ਨ ਤੋਂ ਹੁੰਦੇ ਨੇ ਸਾਰੇ ਦੇ ਸਾਰੇ એનર્ਜੀ ਸਾਰੀ ਜਿਹੜੀ ਹੈ ਜਿਹੜੀ ਤਾਕਤ ਹੈ ਉਹ ਸਾਰੀ ਸਾਡੇ ਡਾਈਜੈਸ਼ਨ ਤੋਂ ਸ਼ੁਰੂ ਹੋਣੀ ਹੈ ਜਿਹੜਾ ਸਾਡਾ ਸਰੀਰ ਬਣ ਰਿਹਾ ਹੈ ਇਹ ਵੀ ਡਾਈਜੈਸ਼ਨ ਤੋਂ ਸ਼ੁਰੂ ਹੋਣਾ ਹੁਣ ਸਾਡੇ ਜਿਵੇਂ ਨਖੂਨ ਨੇ ਇਹ ਵੱਧਦੇ ਨੇ ਨਾ ਇਹ ਇਹ ਦਿਖਦੇ ਨੇ ਸਾਨੂੰ ਵੱਧਦੇ ਜਿਹੜੇ ਵਾਲ ਨੇ ਤੁਸੀਂ ਕਟਾਈ ਜੋ ਫੇਰ ਵੀ ਵੱਧਦੇ ਨੇ ਚਾਹੇ ਤੁਸੀਂ ਬੁੜੇ ਹੋ ਕੇ ਫੇਰ ਵੀ ਤੁਹਾਡੇ ਨਾਖੂਨ ਤੇ ਵਾਲ ਤਾਂ ਵੱਢੀ ਜਾਂਦੇ ਨੇ ਇਸੇ ਤਰ੍ਹਾਂ ਸਾਡੀ ਜਿਹੜੀ ਸਕਿਨ ਹੈ ਜਿਹੜਾ ਸਭ ਤੋਂ ਵੱਡਾ ਆਰਗਨ ਹੈ ਇਹ ਜਿਹੜੀ ਇਹ ਸਕਿਨ ਇਹ ਵੀ ਮਤਲਬ ਚੇਂਜ ਹੁੰਦੀ ਹੈ ਇਹ ਹੌਲੀ ਹੌਲੀ ਇਹਦੇ ਉੱਤੋਂ ਮਤਲਬ ਜਿਹੜਾ ਤੁਹਾਡਾ ਹੋ ਗਿਆ ਡੈਡ ਸਕਿਨ ਜਿਹੜੀ ਮਰੇ ਹੋਏ ਸੈਲਸ ਨੇ ਉਹ ਉੱਪਰੋਂ ਗਿਰਦੇ ਝੜਦੇ ਰਹਿੰਦੇ ਨੇ ਸਾਨੂੰ ਨਜ਼ਰ ਨਹੀਂ ਆਉਂਦੇ ਸਾਡੀ ਜਿਹੜੀ ਪ੍ਰਾਤਨ ਸਭਿਤਾ ਸੀਗੀ ਉਹ ਇਹਨੂੰ ਵੀ ਸਾਫ਼ ਕਰਦੀ ਸੀ ਤਾਂ ਕਿ ਜਿਹੜੇ ਪੋਰ ਨੇ ਜਿਹੜੇ ਮਸਾਮ ਨੇ ਜਿਹੜੀ ਸਕਿਨ ਹੈ ਉਹ ਸਾਹ ਲੈਂਦੀ ਹੈ ਉਹਦੇ ਵਿੱਚ ਜੇ ਤੁਸੀਂ ਤੇਲ ਚਸਦੇ ਹੋ ਤਾਂ ਉਹ ਅੰਦਰ ਰਸ ਦਾ ਅੰਦਰ ਜਾਂਦਾ ਉਹ ਲਹੂ ਦੇ ਵਿੱਚ ਰਲਦਾ ਹੋ ਤੋ ਇਹ ਮਸਾਮ ਜਦੋਂ ਬੰਦ ਹੋ ਕੇ ਇਤੀਆਂ ਬਿਮਾਰੀਆਂ ਦਾ ਕਾਰਨ ਤਾਂ ਉਹ ਬਣਦੇ ਨੇ ਤੇ ਉਹਨੂੰ ਉਹਨੂੰ ਸਾਫ਼ ਕਰਨ ਵਾਸਤੇ ਪੁਰਾਣੇ ਸਾਡੇ ਜਿਹੜੇ ਲੋਕ ਸੀਗੇ ਉਹ ਝਾਵਾ ਬਣਾਉਂਦੇ ਸੀਗੇ ਤੋਰੀ ਨੂੰ ਸੁਕਾ ਕੇ ਉਹਦਾ ਝਾਵਾ ਬਣਦਾ ਸੀਗਾ ਨਾਰੀਅਲ ਦੇ ਉਹਦੇ ਨਾਲ ਅੱਡੀਆਂ ਖੂਛਦੇ ਸੀ ਇਹਨੂੰ ਖੂਛਦੇ ਸੀ ਕਿ ਪਾਗਲ ਨਹੀਂ ਸੀ ਉਹ ਤਾਂ ਕਿ ਸਕਰਬ ਹੋ ਕੇ ਉਹ ਡੈਡ ਸਕਿਨ ਜਿਹੜੀ ਆ ਉਹ ਉਤਰਦੀ ਜਾਵੇ ਸਕਿਨ ਦੇ ਵਿੱਚ ਦੀ ਹੀ ਤੁਹਾਡੇ ਐਬਜ਼ਰਪਸ਼ਨ ਹੋ ਸਕਦੀ ਹੈ ਜਿਵੇਂ ਪਿਆਜ਼ ਜੇ ਤੁਹਾਨੂੰ ਖਾਂਸੀ ਹੋਵੇ ਜ਼ਿਆਦਾ ਸੋਰ Throat ਹੋਵੇ ਕਦੀ ਕਰਕੇ ਦੇਖਣਾ ਪਿਆਜ਼ ਦੇ ਟੁਕੜੇ ਕੱਟ ਕੇ ਉਹਨੂੰ ਇੱਕ ਕੱਪੜੇ ਦੇ ਵਿੱਚ ਜਿਹੜਾ ਹਲਕਾ ਜਿਹਾ ਪੋਰਸ ਹੋਵੇ ਜਿਹਦੇ ਵਿੱਚੋਂ ਮਲਾਰ ਪਰ ਨਿਕਲ ਸਕੇ ਉਹਨੂੰ ਗਲੇ ਦੇ ਉੱਤੇ ਬਨ ਲੋ ਤੁਸੀਂ ਦੇਖਣਾ ਤੁਹਾਡੀ ਖਾਂਸੀ ਗਾਇਬ ਹੋ ਜਾਊਗੀ ਤੋਂ ਇਹ ਇਹ ਜਿਹੜਾ ਪਲਾਂਟਸ ਨੇ ਜਿਹੜੇ ਸਾਡੀ ਬਨਸਪਤੀ ਹੈ ਬੇਹਦ ਪਾਵਰਫੁਲ ਹੈ ਸਾਰੀ ਤਾਕਤ ਉਹਦੇ ਵਿੱਚ ਹੀ ਹੈ ਉਹਦੇ ਨਾਲ ਸਰੀਰ ਜਿਹੜਾ ਇਹ ਟੋਟਲੀ ਸਾਡਾ ਬਨਸਪਤੀ ਦੇ ਨਾਲ ਘੜਦਾ ਪਰ ਹਾਂ ਇਹਦੇ ਵਿੱਚ ਨਾਲ ਕੁਝ ਚੀਜ਼ਾਂ ਇਹ ਜਿਹਿਆ ਨੇ ਜਿੱਥੇ ਸਾਨੂੰ ਆਂਡਾ ਤੇ ਮੱਛੀ ਐਡ ਕਰਨੀ ਪੈਂਦੀ ਹੈ ਜਿਹੜੀ ਸੁਣ ਕੇ ਬਹੁਤ ਸਾਰੇ ਲੋਕ ਸ਼ਾਇਦ ਇਹਨੂੰ ਚੰਗਾ ਨਹੀਂ ਸਮਝਦੇ ਮੈਂ ਮਤਲਬ ਖੇਮਾ ਦਾ ਯਾਚਕ ਹਾਂ ਪਰ ਜਿਹੜਾ ਸੱਚ ਹੈ ਉਹ ਤਾਂ ਸੱਚ ਹੀ ਰਹੂਗਾ ਜੇ ਤੁਸੀਂ ਤੁਹਾਨੂੰ ਲੱਗਦਾ ਤੁਸੀਂ ਸਵਸਥ ਹੋ ਮਤਲਬ ਹਾਲੇ ਤੁਸੀਂ ਨਹੀਂ ਫਸੇ ਬਿਮਾਰੀ ਦੇ ਵਿੱਚ ਤਾਂ ਇਟਸ ਗੁੱਡ ਤੁਸੀਂ ਬੇਸ਼ੱਕ ਉਹਨੂੰ ਛੱਡ ਦਿਓ ਪਰ ਜਿਹੜਾ ਬੰਦਾ ਬਿਮਾਰੀ ਦੇ ਵਿੱਚ ਫਸ ਗਿਆ ਔਰ ਉਹਨੂੰ ਰਿਕਵਰ ਕਰਨਾ ਤਾਂ ਉਹਨੂੰ ਇਹ ਦੋ ਚੀਜ਼ਾਂ ਜੇ ਉਹ ਲਊਗਾ ਤਾਂ ਫਾਸਟ ਰਿਕਵਰੀ ਹੋਊਗੀ ਜਿਵੇਂ ਆਪਾਂ omega 3 ਤੇ omega 6 ਦੀ ਗੱਲ ਕਰੀ ਜਿਹੜੇ ਦੋ ਆਪਣੇ ਐਸੈਂਸ਼ੀਅਲ ਫੈਟੀ ਐਸਿਡਸ ਨੇ ਜਿਹੜੇ ਆਪਾਂ ਨੂੰ ਇਹਦੇ ਤੋਂ ਵੀ ਮਿਲਣਗੇ ਚੀਆ ਸੀਡਸ ਤੋਂ ਵੀ ਮਿਲਣਗੇ ਲekin omega 6 ਜਿਹੜਾ ਹੈਗਾ ਉਹ ਇਨਫਲੇਮੇਸ਼ਨਸ ਕ੍ਰੀਏਟ ਕਰਦਾ ਅੰਦਰ ਤੁਹਾਡੇ ਸੋਜੇ ਕ੍ਰੀਏਟ ਕਰਦਾ ਤਾਂ ਉਹਦੇ ਨਾਲ omega 3 ਜ਼ਰੂਰੀ ਹੈ ਐਂਟੀ ਇਨਫਲੇਮੇਟਰੀ ਹੋ ਸੋਜੇ ਨੂੰ ਘਟਾਉਣ ਵਾਸਤੇ ਚਾਹੀਦਾ ਲੇਕਿਨ ਚੀਆ ਸੀਡਸ ਦੇ ਵਿੱਚ ਸਾਨੂੰ ਮਿਲੂਗਾ ALA omega 3 ਵੀ ਕਈ ਤਰ੍ਹਾਂ ਹੁੰਦੇ ਨੇ ਉਹਦੇ ਚੋਂ ALA ਜਿਹੜਾ ਮੇਨ ਹੈਗਾ α-linolenic acid ਇਹ ਜਿਹੜਾ ਹੈਗਾ ਇਹ ਇਕੱਲਾ ਇਹਦੇ ਚੋਂ ਹੀ ਮਿਲੂਗਾ ਉਸ ਤੋਂ ਬਾਅਦ ਦੋ ਹੋਰ ਤਰ੍ਹਾਂ ਦੇ omega acids ਨੇ ਜਿਹੜੇ ਬਹੁਤ ਅਸੈਂਸ਼ੀਅਲ ਨੇ ਜਿਹੜੇ 2 ਮੀਗਾ 3 ਫੈਟੀ ਐਸਿਡਸ ਨੇ EPA ਇਕੋਸਾ ਪੈਂਟਾ ਐਨੋਇਕ ਤੇ ਦੂਸਰਾ ਹੋ ਗਿਆ DHA ਡਿਕੋਸਾ ਹੈਕਸਾਪ ਐਨੋਇਕ ਇਹ ਜਿਹੜੇ ਹੈਗੇ ਨੇ ਚੀਆ ਸੀਡ ਦੇ ਜਿਹੜਾ ALA ਉਹਦੇ ਚ ਕਨਵਰਟ ਥੋੜਾ ਬਹੁਤਾ ਹੋ ਜਾਂਦਾ ਲੇਕਿਨ ਉਹਨਾ ਕਨਵਰਟ ਨਹੀਂ ਹੁੰਦਾ ਇਹ ਸਾਨੂੰ ਸਿਰਫ আর ਸਿਰਫ ਮੱਛੀ ਤੋਂ ਮਿਲਦਾ ਫਿਸ਼ ਤੋਂ ਮਿਲਦਾ ਫੈਟੀ ਫਿਸ਼ ਤੋਂ ਔਰ ਇਹ ਜ਼ਰੂਰੀ ਨਹੀਂ ਹੈਗਾ ਕਿ ਇਹ ਤੁਹਾਨੂੰ ਸੈਲਮਨ ਔਰ ਸਾਰਡੀਨ ਜਿਹੜੀਆਂ ਬਲੇਟੀ ਫਿਸ਼ ਨੇ ਉਹ ਤੋਂ ਤੋਂ ਜਿਹੜੀਆਂ ਸਾਡੀ ਵਾਲੀਆਂ ਮੱਛੀਆਂ ਨੇ ਦੇ ਰਿਫੈਟੀ ਫਿਸ਼ ਨੇ ਉਹਨਾਂ ਦੇ ਵਿੱਚ ਵੀ ਇਹ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਪਰ ਜਦੋਂ ਵੀ ਅਸੀਂ ਅੰਡੇ ਦਾ ਜਾਂ ਮੱਛੀ ਦਾ ਸੇਵਨ ਕਰਨਾ ਤਾਂ ਉਹਦੇ ਨਾਲ ਉਸ ਤੋਂ ਦੁੱਗਣਾ ਜਾਂ ਢਾਈ ਗੁਣਾ ਕੁਆਂਟੀਟੀ ਦੇ ਵਿੱਚ ਖੂਬ ਸਾਰੀਆਂ ਜਿਹੜੀਆਂ ਵੈਜੀਟੇਬਲਸ ਨੇ ਉਹ ਨਾਲ ਖਾਣੀਆਂ ਨੇ ਇਹ ਸਬਜ਼ੀਆਂ ਨਾਲ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਫਾਈਬਰ ਉਹਦੇ ਤੋਂ ਮਿਲੂਗਾ ਜੇ ਉਹ ਫਾਈਬਰ ਉਹਦੇ ਤੋਂ ਅਸੀਂ ਨਾਲ ਨਹੀਂ ਲੈਂਦੇ ਤਾਂ ਉਹ ਪ੍ਰੋਪਰ ਤੁਹਾਡੀ ਮੂਵਮੈਂਟ ਨਹੀਂ ਹੁੰਦੀ ਬਾਡੀ ਦੇ ਅੰਦਰ ਉਹਦੀ ਔਰ ਜਦ ਤੱਕ ਉਹ ਪ੍ਰੋਪਰ ਮੂਵਮੈਂਟ ਨਹੀਂ ਹੋਊਗੀ ਉਹ اٹਕੂਗਾ ਕਿਤੇ ਨਾ ਕਿਤੇ ਜਾ ਕੇ। ਤੋਂ ਫਿਸ਼ ਦੀ ਜਿਹੜੀ ਮਿਕਦਾਰ ਹੈਗੀ ਹੈ ਇਹ ਹਫਤੇ ਦੇ ਵਿੱਚ 21 ਤੋਂ 200 ਤੋਂ 150 ਗ੍ਰਾਮ ਅੰਡਾ 1 ਤੋਂ 2 ਡੇਲੀ ਜੇ ਸਵੇਰੇ ਤੁਸੀਂ ਉਹਦੀ ਪੁਰਜੀ ਬਣਾਉਂਦੇ ਹੋ ਆਮਲੇਟ ਬਣਾਉਂਦੇ ਹੋ ਜਾਂ ਬੋਇਲ ਕਰਕੇ ਖੂਬਸਾਰੀਆਂ ਸਬਜ਼ੀਆਂ ਦੇ ਨਾਲ ਉਹਨੂੰ ਖਾਂਦੇ ਹੋ ਉਹ ਜਿਹੜੀਆਂ ਸਬਜ਼ੀਆਂ ਜੇ ਤੁਸੀਂ ਸਲਾਦ ਵਾਂਗੂ ਬਣਾਉਂਦੇ ਹੋ ਤਾਂ ਉਹਦੇ ਉੱਤੇ 올ਿਵ ਆਇਲ ਐਕਸਟਰਾ ਵਰਜਨ 올ਿਵ ਆਇਲ ਘੋ ਵਾਲੀ ਵੀਡੀਓ ਵਿੱਚ ਆਪਾਂ ਗੱਲ ਕਰੀ ਸੀ ਕੱਚਾ ਖਾਣਾ ਚਾਹੀਦਾ ਤਿਲ ਦਾ ਤੇਲ ਕੱਚਾ ਖਾਣਾ ਚਾਹੀਦਾ ਬਾਦਾਮ ਆਇਲ ਕੱਚੇ ਖਾਣ ਵਾਸਤੇ ਬਣੇ ਨੇ ਇਹਨਾਂ ਦੇ ਵਿੱਚ ਆਪਾਂ ਫਰਾਈ ਕਰਦੇ ਆ ਤਾਂ ਟ੍ਰਾਂਸ ਫੈਟ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਉਹ ਡਾਲ ਕੇ ਜੇ ਤੁਸੀਂ ਆਪਣੇ ਨਾਸ਼ਤੇ ਦੇ ਵਿੱਚ ਉਹਨੂੰ ਸ਼ਾਮਲ ਕਰਦੇ ਹੋ ਤੇ ਜਿਹੜੀ ਫਿਸ਼ ਹੈਗੀ ਹੈ ਇਹਨੂੰ ਤੁਸੀਂ ਇੱਕ ਤੋਂ ਦੋ ਵਾਰੀ ਸੇਵਨ ਕਰਦੇ ਹੋ ਤਾਂ ਜਿਹਾ ਜਿਹਾ ਵੀ ਤੁਹਾਡੀਆਂ ਪ੍ਰੋਬਲਮਸ ਕ੍ਰੀਏਟਡ ਨੇ ਬੋਡੀ ਉਹਦੇ ਚੋਂ ਬਾਹਰ ਨਿਕਲਣ ਦੇ ਵਿੱਚ ਬਹੁਤ ਸਾਰੀ ਮਦਦ ਮਿਲੂਗੀ ਤੇ ਇਹ ਜਿਹੜਾ ਫਾਈਬਰ ਦੀ ਆਪਾਂ ਗੱਲ ਕਰੀ ਐ ਚੀਆ ਸੀਡਸ ਜਿਹੜੇ ਹੈਗੇ ਨੇ ਇਹ ਤਾਂ ਸਭ ਨੂੰ ਜ਼ਰੂਰ ਮਤਲਬ ਲੈਣੇ ਚਾਹੀਦੇ ਨੇ ਔਰ ਇਹ ਇਹਨਾਂ ਦਾ ਕੋਈ ਇਹੋ ਜਿਹਾ ਖਾਸ ਟੇਸਟ ਨਹੀਂ ਹੈ ਜਿਹੜਾ ਕਿ ਤੁਸੀਂ ਪੀ ਨਾ ਸਕੋ ਦੇ ਆਰ ਗੁੱਡ ਬੜੇ ਆਰਾਮ ਨਾਲ ਆਪਾਂ ਇਹਨੂੰ ਪੀ ਸਕਦੇ ਹਾਂ 400 ਐਮਐਲ ਦਾ ਗਲਾਸੇ ਦੋ ਚਮਚ ਰਫਲੀ 11 12 ਗ੍ਰਾਮ ਦੇ ਆਸ-ਪਾਸ ਚੀਆ ਸੀਡਸ ਹੋ ਜਾਂਦੇ ਨੇ ਪਰ ਜੇ ਆਪਾਂ ਫਾਈਬਰ ਲੈਣ ਦੇ ਆਦੀ ਨਹੀਂ ਹਗੇ ਤਾਂ ਹੋ ਸਕਦਾ ਹੈ ਕਿ ਸ਼ੁਰੂ-ਸ਼ੁਰੂ ਦੇ ਵਿੱਚ ਤੈਨੂੰ ਗੈਸ ਹੋਵੇ ਥੋੜਾ ਪੇਟ ਅਕੜੇ ਤਾਂ ਕੁਆਂਟੀਟੀ ਘਟਾ ਲਾਂਗੇ ਪਰ ਅਲਟੀਮੇਟਲੀ ਇਸ ਤੋਂ ਵੀ ਜ਼ਿਆਦਾ ਕੁਆਂਟੀਟੀ ਕਰਨੀ ਹੈ ਸ਼ੁਰੂਆਤ ਵਾਸਤੇ ਆਪਾਂ ਆਪਣੇ ਖਾਣੇ ਦੇ ਵਿੱਚ ਫਾਈਬਰ ਜ਼ਰੂਰ ਐਡ ਕਰੀਏ ਔਰ ਖਾਣੇ ਤੋਂ 10-15 ਮਿੰਟ ਪਹਿਲਾਂ ਤਾਂ ਕਿ ਸਟਮਕ ਦੇ ਵਿੱਚ ਤੁਹਾਡੀ ਜਿਹੜੇ ਮੇਦੇ ਦੇ ਵਿੱਚ ਪਹਿਲਾਂ ਹੀ ਹੋਵੇ ਖਾਣਾ ਇਹਦੇ ਵਿੱਚ ਰਲੇ ਤੇ ਹੌਲੀ-ਹੌਲੀ ਪਚੇ ਤੇ ਹੁਣ ਮੇਰੇ ਖਿਆਲ ਤੁਹਾਡੀ ਸ਼ਿਕਾਇਤ ਥੋੜੀ ਜਿਹੀ ਘਟੀ ਹੋਊਗੀ ਵੀ ਖਾਣ ਵਾਸਤੇ ਕੁਛ ਤਾਂ ਦੱਸਿਆ ਇਸ ਤੋਂ ਪਹਿਲਾਂ ਆਪਾਂ ਇੱਕ ਸਮੂਦੀ ਦੀ ਗੱਲ ਕਰੀ ਸੀਗੀ ਪੇਠੇ ਦੀ ਜਿਹੜਾ ਅੰਗੂਰੀ ਪੇਠਾ ਜਿਹਨੂੰ ਕਹਿੰਦੇ ਆ ਮਠਾਈ ਵਾਲਾ ਚਿੱਟਾ ਪੇਠਾ ਐਸ਼ ਗੋਡ ਦੀ ਗੱਲ ਆਪਾਂ ਕਰੀ ਸੀ ਉਹ ਉਹਦਾ ਸੇਵਨ ਗਰਮੀਆਂ ਦੇ ਵਿੱਚ ਜ਼ਿਆਦਾ ਵਧੀਆ ਬਜਾਏ ਕਿ ਸਰਦੀਆਂ ਦੇ ਉਹਦੀ ਜਗ੍ਹਾ ਜੇ ਆਪਾਂ ਕ੍ਰੂਸੀਫੇਰਸ ਜਿਹੜੇ ਤੁਹਾਡੇ ਵੈਜੀਟੇਬਲਸ ਨੇ ਜਿਵੇਂ ਪੱਤ ਗੋਬੀ ਦਾ ਜੇ ਆਪਾਂ ਜੂਸ ਬਣਾ ਕੇ ਪੀਏ ਖੀਰਾ ਪਤ ਗੋਬੀ ਦਾ ਜੂਸ ਆਪਾਂ ਬਣਾ ਕੇ ਪੀਏ ਤਾਂ ਉਹ ਸਾਡੀਆਂ ਅੰਦਰੂਨੀ ਜਿਹੜੀਆਂ ਸੋਜਣਾ ਨੇ ਜਿਹੜੀਆਂ ਅੰਦਰ ਅੰਗਾਂ ਦੇ ਵਿੱਚ ਜਿਹੜੀ ਸੋਜਣ ਹੋਈ ਹੈ ਉਹਨੂੰ ਘਟਾਉਣ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਫਾਇਦੇਮੰਦ ਹੋਊਗਾ ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਚਰਚਾ ਕਰਾਂਗੇ ਪਾਣੀ ਦੀ ਵੀ ਵੀ ਪਾਣੀ ਕੋਈ ਕਹਿੰਦਾ ਕਿ ਨਿੰਬੂ ਪਾਣੀ ਪੀਣਾ ਚਾਹੀਦਾ ਕੋਈ ਕਹਿੰਦਾ ਐਲਕਲਾਈਨ ਵਾਟਰ ਖੀਰੇ ਵਾਲਾ ਪਾਣੀ ਚਾਹੀਦਾ ਕੋਈ ਕਹਿੰਦਾ ਪਹਿਲਾਂ ਪੀਣਾ ਚਾਹੀਦਾ ਕੋਈ ਕਹਿੰਦਾ ਬਾਅਦ ਚ ਪੀਣਾ ਚਾਹੀਦਾ ਕੋਈ ਕਹਿੰਦਾ ਗਰਮ ਪੀਣਾ ਚਾਹੀਦਾ ਕੋਈ ਕਹਿੰਦਾ ਠੰਡਾ ਪੀਣਾ ਚਾਹੀਦਾ ਉਹਦੇ ਮਗਰ ਕੀ ਵਿਗਿਆਨ ਹੈ ਤਾਂ ਪਾਣੀ 3 ਲੀਟਰ ਪਾਣੀ ਸਾਨੂੰ ਜ਼ਰੂਰ ਪੀਣਾ ਚਾਹੀਦਾ ਦਿਨ ਦੇ ਵਿੱਚ ਹਰ ਹਾਲਤ ਦੇ ਵਿੱਚ ਉਹਦੇ ਬਾਰੇ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਚਰਚਾ ਕਰਾਂਗੇ ਇੱਥੇ ਤੱਕ ਤੁਸੀਂ ਵੀਡੀਓ ਦੇਖੀ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ ਸਭ ਦਾ ਮੰਗਲ ਹੋਵੇ